ਪਹਿਲੀ ਗੱਲ ਇੰਡੀਆ ਤੋਂ ਬੈਠੇ ਜਦੋਂ ਤੁਹਾਡੇ ਬੱਚੇ ਤੁਹਾਨੂੰ ਬੁਲਾਉਂਦੇ ਨੇ ਉਹਨਾਂ ਤੋਂ ਇਸ ਚੀਜ਼ ਨੂੰ ਪੂਰੀ ਤਰ੍ਹਾਂ ਕਨਫਰਮ ਕਰੋ ਵੀ ਜਿਹੜਾ ਸਾਡਾ ਲਗੇਜ ਆ ਉਹ ਜਹਾਜ਼ ਦੇ ਵਿੱਚੋਂ ਆਪਣੇ ਆਪ ਟ੍ਰਾਂਸਫਰ ਕਰਨਗੇ ਜਾਂ ਸਾਨੂੰ ਪਹਿਲੇ ਏਅਰਪੋਰਟ ਤੇ ਜਿੱਥੇ ਅਸੀਂ ਉਤਰਦੇ ਆ ਉੱਥੋਂ ਪਿਕ ਅਪ ਕਰਕੇ ਦੂਜੀ ਜਗ੍ਹਾ ਸਾਨੂੰ ਫੇਰ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅੰਕਲ ਹੋਰਾਂ ਨੂੰ ਮੈਂ ਮਿਲਣ ਆਇਆ ਸੀਗਾ ਅੰਕਲ ਹੋਰੀ ਰੀਸੈਂਟਲੀ ਇੰਡੀਆ ਤੋਂ ਆਏ ਨੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਅਤੇ ਕਾਫੀ ਕੁਛ ਤੁਹਾਨੂੰ ਸਿੱਖਣ ਨੂੰ ਵੀ ਮਿਲੂਗਾ ਸਪੈਸ਼ਲੀ ਜਿਵੇਂ ਪੇਰੈਂਟਸ ਆਉਂਦੇ ਨੇ ਇੰਡੀਆ ਤੋਂ ਏਅਰਪੋਰਟ ਤੋਂ ਕਿਵੇਂ ਆਉਣਾ ਤੁਸੀਂ ਨੇ ਕਿੰਨਾ ਟਾਈਮ ਪਹਿਲਾਂ ਜਿੱਦਾਂ ਆਪਣਾ ਇੰਡੀਆ ਵਾਲਾ ਏਅਰਪੋਰਟ ਆ ਦਿੱਲੀ ਵਾਲਾ ਹਾਂ ਕਿੰਨਾ ਟਾਈਮ ਪਹਿਲਾਂ ਉਹਦੇ 'ਤੇ ਆਪਾਂ ਐਂਟਰੀ ਕਰਨੀ ਆ ਕਿੰਨੇ ਘੰਟੇ ਪਹਿਲਾਂ ਕਿਉਂਕਿ ਬਿਜ਼ੀ ਵੀ ਕਾਫੀ ਹੁੰਦਾ ਜਿੱਦਾਂ ਬਹੁਤ ਜ਼ਿਆਦਾ ਫਲਾਈਟਾਂ ਉੱਥੋਂ ਉੱਡਦੀਆਂ ਅਤੇ ਬਾਕੀ ਉੱਥੋਂ ਤੋਂ ਇੱਥੇ ਤੱਕ ਦਾ ਅੰਕਲ ਹੋਰਾਂ ਦਾ ਸਫ਼ਰ ਕਿਵੇਂ ਦਾ ਰਿਹਾ ਅਤੇ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆਈਆਂ ਇਹਨਾਂ ਨੂੰ ਜਾਂ ਕਿਹੜੀਆਂ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਇਹਦੇ 'ਤੇ ਆਪਾਂ ਗੱਲਬਾਤ ਕਰਾਂਗੇ ਬਾਕੀ ਆਪਾਂ ਹੋਰ ਅੰਕਲ ਦੇ ਐਕਸਪੀਰੀਅੰਸ ਜਾਣਾਂਗੇ ਲਾਈਫ ਦੇ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਪੁੱਛੂੰਗਾ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਇੱਥੇ ਆ ਕੇ ਸਾਰਾ ਮਾਹੌਲ ਬੜਾ ਵਧੀਆ ਲੱਗਿਆ ਤੁਹਾਨੂੰ ਜਦੋਂ ਇੰਡੀਆ ਤੋਂ ਅਸੀਂ ਚੱਲੇ ਹਾਂ ਹਾਂਜੀ ਤਾਂ ਇਹ ਸੋਚਦੇ ਸੀ ਪਤਾ ਨਹੀਂ ਨਿਊਜ਼ੀਲੈਂਡ ਕਿੱਦਾਂ ਦਾ ਸ਼ਹਿਰ ਆ ਕਿੱਦਾਂ ਦੇ ਲੋਕ ਨੇ ਪਰ ਜਦੋਂ ਇੱਥੇ ਆ ਕੇ ਦੇਖਿਆ ਨੋਰਮਲੀ ਇੱਕ ਚੀਜ਼ ਮੈਂ ਕਹੂੰਗਾ ਕਿ ਪੂਰੀ ਦੁਨੀਆ 'ਚ ਜਿੱਥੇ ਮਰਜ਼ੀ ਤੁਸੀਂ ਘੁੰਮੋ ਅਗਰ ਤੁਸੀਂ ਤੁਹਾਡਾ ਪੁਆਇੰਟ ਆਫ ਵਿਊ ਨਜ਼ਰੀਆ ਤੁਹਾਡਾ ਸਹੀ ਆ ਨਾ ਤਾਂ ਤਕਰੀਬਨ ਤੁਸੀਂ ਉੱਥੇ ਉੱਦਾਂ ਦੇ ਲੋਕਾਂ ਨੂੰ ਮਿਲੋਗੇ ਅਤੇ ਮੈਨੂੰ ਆ ਕੇ ਜਾਣੀ ਇੱਥੇ ਬੜਾ ਵਧੀਆ ਲੱਗਿਆ ਬਿਲਕੁਲ ਕਿਉਂਕਿ ਮੈਂ ਇੱਥੇ ਦੇਖਿਆ ਸੇਮ ਮੈਨੂੰ ਜੇ ਨਿਊਜ਼ੀਲੈਂਡ ਦੇ ਇੱਥੇ ਸਟਰਕਚਰ ਬਾਰੇ ਜਾਣੀ ਹੈ ਨਾ ਤਕਰੀਬਨ ਜਿੱਦਾਂ ਚੰਡੀਗੜ੍ਹ ਹਾਂਜੀ ਹੈਗਾ ਮੈਨੂੰ ਉਵੇਂ ਦਾ ਲੱਗਿਆ ਕਿ ਬੜੇ ਦਰੱਖਤ ਨੇ ਗ੍ਰੀਨਰੀ ਬਹੁਤ ਆ ਹਾਂਜੀ ਔਰ ਖੁੱਲ੍ਹਾ ਡੁੱਲਾ ਮਾਹੌਲ ਆ ਬੜਾ ਵਧੀਆ ਲੱਗਿਆ ਕਿਉਂਕਿ ਚੰਡੀਗੜ੍ਹ ਵੀ ਇੱਕ ਗੋਰੇ ਨੇ ਆਰਕੀਟੈਕਟ ਸੀ ਜਿਹੜਾ ਉਹਦਾ ਗੋਰਾ ਸੀਗਾ ਲੀ ਕਾਰਬੂ ਜੀ ਇਹਨੇ ਹੀ ਬਣਾਇਆ ਸੀ ਤਾਂ ਹੀ ਸੇਮ ਜੀ ਆ ਮੈਨੂੰ ਵੀ ਸੇਮ ਹੀ ਲੱਗਿਆ ਜੀ ਜਦੋਂ ਮੈਂ ਆਇਆ ਸੀ ਨਾ ਗ੍ਰੀਨਰੀ ਪੱਖੋਂ ਹੈਗੀ ਗੱਲ ਹੈ ਗ੍ਰੀਨਰੀ ਬਹੁਤ ਆ ਦਰੱਖਤ ਬਹੁਤ ਜ਼ਿਆਦਾ ਨੇ ਹਾਂ ਗੱਲਬਾਤ ਕਰਦੇ ਹਾਂ ਤੁਹਾਡਾ ਜਿਹੜਾ ਟਰੈਵਲਿੰਗ ਦਾ ਸੀਗਾ ਟਾਈਮ ਉਹ ਕਿਵੇਂ ਰਿਹਾ ਇੰਡੀਆ ਤੋਂ ਇੱਥੇ ਤੱਕ ਦਾ ਹਾਂ ਸਾਡਾ ਇਸ ਤਰ੍ਹਾਂ ਦਮਨ ਕਿ ਸਾਡੀ ਜਿਹੜੀ ਫਲਾਈਟ ਆ ਹਾਂਜੀ ਉਹ 2:15 ਸੀਗੀ ਠੀਕ ਹੈ ਜੀ ਦਿੱਲੀ ਤੋਂ ਠੀਕ ਹੈ ਜੀ ਅਤੇ ਅਸੀਂ ਆਪਣੇ ਘਰ ਤੋਂ ਚੱਲੇ ਹਾਂ ਤਕਰੀਬਨ ਸਵੇਰੇ 4:30 ਦੇ ਕਰੀਬ ਠੀਕ ਹੈ ਜੀ ਰਸਤੇ ਦੇ ਵਿੱਚ ਬੜੇ ਆਰਾਮ ਦੇ ਨਾਲ ਆਏ ਕਿਉਂਕਿ ਪਹਿਲਾਂ ਵੀ ਸਾਡਾ ਦਿੱਲੀ ਆਉਣ ਦਾ ਕਾਫੀ ਮੇਰਾ ਐਕਸਪੀਰੀਅੰਸ ਆ ਮੇਰੇ ਯਾਰ ਦੋਸਤ ਮਿੱਤਰ ਉਹਨਾਂ ਨੂੰ ਛੱਡਣ ਆਉਣਾ ਲੈਣ ਆਉਣਾ ਅਤੇ ਰਸਤੇ ਦੇ ਵਿੱਚ ਅਸੀਂ ਇੱਕ ਦੋ ਜਗ੍ਹਾ ਰੁਕੇ ਇੱਕ ਜਗ੍ਹਾ ਅਸੀਂ ਫਿਰ ਆਪਣਾ ਬ੍ਰੇਕਫਾਸਟ ਕੀਤਾ ਉਦੋਂ ਬਾਅਦ ਅਸੀਂ ਏਅਰਪੋਰਟ 'ਤੇ ਜਦੋਂ ਪਹੁੰਚੇ ਹਾਂਜੀ ਉੱਥੇ ਕੰਡੀਸ਼ਨ ਇਹ ਆ ਵੀ ਆਪਾਂ ਨੂੰ ਤਕਰੀਬਨ 3 ਘੰਟੇ ਪਹਿਲਾਂ ਐਂਟਰੀ ਕਰਨੀ ਪੈਂਦੀ ਆ ਠੀਕ ਹੈ ਜੀ ਉਹਦਾ ਮੇਨ ਕਾਰਨ ਕੀ ਆ ਵੀ ਕਈ ਵਾਰ ਰਸ਼ ਬਹੁਤ ਜ਼ਿਆਦਾ ਹੁੰਦਾ ਫਲਾਈਟਾਂ ਦੇ ਵਿੱਚ ਔਰ ਜਿਹੜਾ ਬੰਦਾ ਨਵਾਂ ਪਹਿਲੀ ਵਾਰ ਟਰੈਵਲਿੰਗ ਕਰ ਰਿਹਾ ਹਾਂਜੀ ਉਹਨੂੰ ਇਹ ਅੜਚਣਾ ਹੁੰਦੀਆਂ ਨੇ ਵੀ ਯਾਰ ਮੇਰੇ ਕੋਲ ਸਮਾਨ ਬਹੁਤ ਆ ਕਿੱਦਾਂ ਜਮ੍ਹਾਂ ਕਰਾਊਂਗਾ ਕਿੱਥੇ ਕਰਾਊਂਗਾ ਪਰ ਮੈਂ ਇਸ ਚੀਜ਼ ਦਾ ਦਿੱਲੀ ਆ ਕੇ ਤਜਰਬਾ ਸਿੱਖਿਆ ਲੋਕਾਂ ਦੇ ਕੋਲੋਂ ਕਿ ਜਦੋਂ ਵੀ ਤੁਸੀਂ ਦਿੱਲੀ ਏਅਰਪੋਰਟ 'ਤੇ ਪਹੁੰਚੋ ਹਾਂਜੀ ਇੱਕ ਉੱਥੇ ਹਿਚਕਚਾਹਟ ਬਿਲਕੁਲ ਬੰਦ ਕਰ ਦਿਉ ਕਿ ਮੈਨੂੰ ਕੋਈ ਕੀ ਕਹੂਗਾ ਜੇ ਮੈਂ ਕਿਸੇ ਨੂੰ ਪੁੱਛ ਲਿਆ ਕਿਤੇ ਮੈਨੂੰ ਇਹ ਨਾ ਸਮਝਣੇ ਅਨਪੜ੍ਹ ਆਏ ਆ ਜੇ ਤੁਹਾਨੂੰ ਕਿਸੇ ਚੀਜ਼ ਦੇ ਬਾਰੇ ਨਹੀਂ ਪਤਾ ਲੱਗਦਾ ਤੁਸੀਂ ਆਪ ਉਹਦੇ ਨਾਲ ਮੱਥਾ ਮਾਰਨ ਦੀ ਬਜਾਏ ਨਾ ਕੋਸ਼ਿਸ਼ ਕਰੋ ਕਿ ਤੁਸੀਂ ਕਿਸੇ ਦੀ ਹੈਲਪ ਲੈ ਲਓ ਹੈਲਪ ਜਾਂ ਉੱਥੇ ਹੁੰਦੇ ਵੀ ਆ ਇਨਫੋਰਮੇਸ਼ਨ ਵਾਲੇ ਵੀ ਉਹਨਾਂ ਨਾਲ ਜਾ ਕੇ ਗੱਲ ਕਰੋ ਜਿਹੜੇ ਉਹਨਾਂ ਦੇ ਮਤਲਬ ਏਅਰਪੋਰਟ ਤੇ ਕੰਮ ਕਰਦੇ ਨੇ ਨਾ ਲੜਕੇ ਲੜਕੀਆਂ ਵਰਕਰ ਕੋਈ ਵੀ ਲਾ ਲਓ ਤੁਸੀਂ ਕਿਸੇ ਨੂੰ ਵੀ ਕਹੋਗੇ ਉਹ ਤੁਹਾਡੀ ਹੈਲਪ ਕਰਨ ਨੂੰ ਬੜੇ ਤਿਆਰ ਹੁੰਦੇ ਨੇ ਪਰ ਤੁਸੀਂ ਹੈਲਪ ਲੈਣੀ ਚਾਹੋ ਤਾਂ ਹੈਲਪ ਲੈ ਸਕਦੇ ਬਿਲਕੁਲ ਬਾਕੀ ਇਹ ਤਾਂ ਚਲੋ ਇੰਡੀਆ ਦੀ ਗੱਲ ਆ ਗਈ ਉੱਥੇ ਤਾਂ ਚਲੋ ਭਾਸ਼ਾ ਹੁੰਦੀ ਆ ਆਪਾਂ ਕਿਸੇ ਨਾਲ ਵੀ ਗੱਲ ਕਰ ਲੈਂਦੇ ਹਾਂ ਇਹ ਜਿਹੜੀ ਬਾਹਰ ਆ ਕੇ ਜਿਵੇਂ ਏਅਰਪੋਰਟ ਤੇ ਆਪਾਂ ਨੂੰ ਹੁੰਦਾ ਵੀ ਉੱਥੇ ਗੋਰੇ ਆ ਜਾਂ ਕਿਸੇ ਹੋਰ ਦੇਸ਼ 'ਚ ਜਾਂਦੇ ਹੋ ਤੁਸੀਂ ਜਿਵੇਂ ਚਾਈਨਾ 'ਚ ਜਾਂਦੇ ਹੋ ਉਹਨਾਂ ਨੂੰ ਵੀ ਆਪਣੀ ਭਾਸ਼ਾ ਨਹੀਂ ਆਉਂਦੀ ਉੱਥੇ ਮੈਨੂੰ ਲੱਗਦਾ ਵੀ ਜੇ ਤੁਹਾਨੂੰ ਕੋਈ ਇੰਡੀਅਨ ਬੰਦਾ ਮਿਲ ਜਾਂਦਾ ਚਾਹੇ ਕੋਈ ਨਾਲ ਕਿਉਂਕਿ ਟਰੈਵਲ ਆਪਣੇ ਲੋਕ ਕਰਦੇ ਹੀ ਰਹਿੰਦੇ ਨੇ ਚਾਹੇ ਕੋਈ ਮੁੰਡਾ ਬੰਦਾ ਬੁੜੀ ਜੋ ਵੀ ਮਿਲ ਜਾਂਦਾ ਵਿਅਕਤੀ ਪੰਜਾਬੀ ਲੱਗਦਾ ਤੁਹਾਨੂੰ ਜਾਂ ਇੰਡੀਅਨ ਲੱਗਦਾ ਉਹਦੇ ਨਾਲ ਜਾ ਕੇ ਗੱਲ ਕਰ ਲਓ ਵੀ ਮੈਨੂੰ ਆਹ ਚੀਜ਼ ਦੀ ਹੈਲਪ ਉਹ ਗਾਹਾਂ ਗੱਲ ਕਰਕੇ ਤੁਹਾਨੂੰ ਦੱਸ ਦਿੰਦੇ ਨੇ ਇਹ ਵੀ ਚੀਜ਼ ਹੁੰਦੀ ਆ ਪੇਰੈਂਟਸ ਨੂੰ ਜ਼ਿਆਦਾਤਰ ਪ੍ਰੋਬਲਮ ਆਉਂਦੀ ਆ ਕਿ ਜ਼ਿਆਦਾਤਰ ਸਾਡਿਆਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਹੁੰਦੀ ਉਹਦੇ ਕਰਕੇ ਥੋੜ੍ਹੀ ਜਿਹੀ ਪ੍ਰੋਬਲਮ ਆ ਜਾਂਦੀ ਆ ਸੋ ਮੈਨੂੰ ਲੱਗਦਾ ਵੀ ਕਿਸੇ ਨਾ ਕਿਸੇ ਨਾਲ ਉੱਥੇ ਦੇਖ ਕੇ ਪੰਜਾਬੀ ਜਾਂ ਕੋਈ ਆਪਣਾ ਇੰਡੀਅਨ ਉਹਦੇ ਨਾਲ ਗੱਲਬਾਤ ਕਰ ਲੈਣੀ ਚਾਹੀਦੀ ਹੈ ਇਸ ਦੀਆਂ ਦੋ ਚੀਜ਼ਾਂ ਨੇ ਇੱਕ ਤਾਂ ਜਿਹੜੇ ਲੋਕ ਤਾਂ ਪੜ੍ਹੇ ਲਿਖੇ ਹਨ ਪੇਰੈਂਟਸ ਖਾਸ ਕਰਕੇ ਇੰਗਲਿਸ਼ ਜੇ ਉਹ ਜ਼ਿਆਦਾ ਨਹੀਂ ਜਾਣਦੇ ਤਾਂ ਘੱਟੋ ਘੱਟੋ ਆਪਣੀ ਗੱਲ ਸਮਝਾ ਸਕਦੇ ਹੋਣ ਬਿਲਕੁਲ ਉਹਨਾਂ ਨੂੰ ਕੋਈ ਖਾਸ ਅੜਚਣ ਨਹੀਂ ਆਉਂਦੀ ਹਾਂਜੀ ਕਿਉਂਕਿ ਅਸੀਂ ਜਿਹੜੀ ਸਾਡੀ ਅੰਗਰੇਜ਼ੀ ਹੈ ਨਾ ਅਸੀਂ ਲੋਕ ਸੈਂਟੈਂਸਾਂ ਦੇ ਪਿੱਛੇ ਚੱਲਦੇ ਹਾਂ ਕਿ ਇੱਥੇ ਇਹ ਨਾ ਗਲਤੀ ਹੋ ਜਾਵੇ ਇੱਥੇ ਇਹ ਨਾ ਗਲਤੀ ਹੋ ਜਾਵੇ ਲੇਕਿਨ ਇਹਨਾਂ ਮੁਲਕਾਂ ਦੇ ਵਿੱਚ ਮੈਂ ਪਹਿਲੀ ਵਾਰ ਆਉਣ ਕਰਕੇ ਦੇਖਿਆ
ਕਿ ਇੱਥੇ ਸਿਰਫ ਤੁਸੀਂ ਆਪਣੀ ਗੱਲ ਟੂ ਦੀ ਪੁਆਇੰਟ ਉਹਨਾਂ ਨੂੰ ਸਮਝਾਓ ਤਾਂ ਉਹ ਸਮਝ ਜਾਂਦੇ ਨੇ। ਜੇ ਤੁਸੀਂ ਵੀ ਇੱਕ ਵਰਡ ਵੀ ਬੋਲ ਦੋ ਉਹਨਾਂ ਨੇ ਕੈਚ ਕਰ ਲੈਣਾ ਕੀ ਕਹਿਣਾ ਚਾਹੁੰਦਾ ਕੀ ਕਹਿਣਾ ਚਾਹੁੰਦਾ ਕੀ ਮੰਗਦਾ ਹੈ। ਦੂਜੀ ਹਾਂ ਦੂਜੀ ਗੱਲ ਜਿਹੜੇ ਮਾਂ ਬਾਪ ਅਨਪੜ੍ਹ ਆ ਰਹੇ ਨੇ ਉਹਨਾਂ ਨੂੰ ਮੈਂ ਇੱਕ ਰਿਕੁਐਸਟ ਜ਼ਰੂਰ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਕਹਿਣ ਜਿਹੜੇ ਖਾਸ ਕਰਕੇ ਪਹਿਲੀ ਵਾਰ ਟਰੈਵਲ ਕਰ ਰਹੇ ਨੇ ਕਿ ਤੁਹਾਨੂੰ ਵੀਲ ਚੇਅਰ ਦਾ ਇੰਤਜ਼ਾਮ ਕਰਕੇ ਦੇ। ਠੀਕ ਹੈ ਜੀ। ਅਗਰ ਤੁਹਾਡਾ ਵੀਲ ਚੇਅਰ ਦਾ ਇੰਤਜ਼ਾਮ ਹੁੰਦਾ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਮਤਲਬ ਉਤਰਦੇ ਹੋ ਤਾਂ ਉੱਥੇ ਵੀਲ ਚੇਅਰ ਵਾਲਿਆਂ ਦੀ ਜਿਹੜੀ ਮਦਦ ਲੈਂਦੇ ਹੋ ਉਹ ਸਭ ਤੋਂ ਵੱਧ ਕਾਰਗਰ ਆਪਣੇ ਵਾਸਤੇ ਫਾਇਦੇਮੰਦ ਉਹ ਹੁੰਦੀ ਹੈ ਕਿਉਂਕਿ ਉਹ ਜਿਹੜਾ ਤੁਹਾਡਾ ਸਮਾਨ ਕਿੱਥੇ ਜਮ੍ਹਾਂ ਕਰਾਉਣਾ ਕਿਵੇਂ ਜਮ੍ਹਾਂ ਕਰਾਉਣਾ ਉਹ ਵੀਲ ਚੇਅਰ ਵਾਲਾ ਜਿਹੜਾ ਵੀ ਪਰਸਨ ਹੈਗਾ ਉਹ ਤੁਹਾਡੀ ਹੈਲਪ ਕਰਦਾ ਔਰ ਉਹ ਤੁਹਾਨੂੰ ਨਾਲ ਲੈ ਕੇ ਜਾਂਦਾ ਕਿੱਥੇ ਤੁਸੀਂ ਬੋਰਡਿੰਗ ਪਾਸ ਲੈਣੇ ਆ ਕਿੱਥੇ ਇਮੀਗ੍ਰੇਸ਼ਨ ਨੇ ਤੁਹਾਡਾ ਮਤਲਬ ਕਾਗਜ਼ ਪੱਤਰ ਦੇਖਣੇ ਆ। ਅਤੇ ਦੂਜੀ ਗੱਲ ਇਹ ਆ ਵੀ ਹਰ ਫਲੈਟ ਦੇ ਵਿੱਚ ਤਕਰੀਬਨ ਕੋਈ ਨਾ ਕੋਈ ਆਪਣੇ ਇੰਡੀਆ ਤੋਂ ਹੁੰਦਾ, ਜੇ ਉਹ ਪੰਜਾਬੀ ਆ ਤਾਂ ਵੀ ਤੁਸੀਂ ਉਹਦੇ ਨਾਲ ਗੱਲ ਕਰਕੇ ਉਹਦੀ ਹੈਲਪ ਲੈ ਸਕਦੇ ਹੋ। ਜੇ ਉਹ ਕੋਈ ਦੂਜੀ ਮਤਲਬ ਸਟੇਟ ਤੋਂ ਆ ਜਿੱਦਾਂ ਹਰਿਆਣਾ ਲਾ ਲਓ ਯੂਪੀ ਲਾ ਲਓ ਉਹਨਾਂ ਦੀ ਵੀ ਹਾਂ ਤਕਰੀਬਨ ਆਪਾਂ ਭਾਸ਼ਾ ਸਮਝਦੇ ਹਾਂ ਇੱਕ ਸਾਊਥ ਨੂੰ ਛੱਡ ਕੇ ਕਿਉਂਕਿ ਸਾਊਥ ਵਾਲਿਆਂ ਦੀ ਸਾਨੂੰ ਲੈਂਗੁਏਜ ਨਹੀਂ ਆਉਂਦੀ ਪ੍ਰੋਬਲਮ ਆ ਜਾਂ ਹਿੰਦੀ ਤਕਰੀਬਨ ਕਈ ਸਮਝ ਜਾਂਦੇ ਹਿੰਦੀ ਕਈ ਜਗ੍ਹਾ ਸਮਝਦੇ ਨੇ ਉੱਥੇ ਤੁਸੀਂ ਜਿਹੜੇ ਪੰਜਾਬੀ ਬਿਲਕੁਲ ਅਨਪੜ੍ਹ ਵੀ ਆ ਨਾ ਉਹ ਕਿਉਂਕਿ ਸਾਡੇ ਹੁਣ ਪੰਜਾਬ ਦੇ ਵਿੱਚ ਬੜੇ ਚਿਰਾਂ ਤੋਂ ਪ੍ਰਵਾਸ ਇਹ ਲੋਕ ਕਰ ਰਹੇ ਨੇ ਯੂਪੀ ਦੇ ਬਿਹਾਰ ਦੇ ਕਾਫੀ ਐਮਪੀ ਦੇ ਹਾਂ ਉਹ ਉਹਨਾਂ ਕਰਕੇ ਸਾਨੂੰ ਵੀ ਤਕਰੀਬਨ ਹਿੰਦੀ ਕਾਫੀ ਲੱਗ ਗਈ ਆਉਣ। ਜਿਹੜੇ ਕਿਸਾਨ ਬਿਲਕੁਲ ਅਨਪੜ੍ਹ ਨੇ ਉਹ ਵੀ ਹਾਂ ਬਈਆ ਜੇ ਕਰਨਾ ਹੈ ਵੋ ਕਰਨਾ ਏਦਾਂ ਦੀ ਵਰਡ ਸਿੱਖ ਜਾਂਦੇ ਜੀ। ਜਿੱਦਾਂ ਆਹ ਗੱਲ ਸੀਗੀ ਵੀਲ ਚੇਅਰ ਵਾਲੀ, ਕਾਫੀ ਮੇਰੇ ਵੀ ਯਾਰਾਂ ਦੋਸਤਾਂ ਨੇ ਇਹ ਚੀਜ਼ ਬਾਰੇ ਮੈਨੂੰ ਵੀ ਕਾਫੀ ਵਾਰ ਪੁੱਛਿਆ ਕਿਉਂਕਿ ਵੀਲ ਚੇਅਰ ਦਾ ਕਾਫੀ ਫਾਇਦਾ ਹੋ ਜਾਂਦਾ ਕਿ ਉਹ ਜਿਵੇਂ ਹੁਣ ਅੰਕਲ ਹੋਰਾਂ ਨੇ ਦੱਸਿਆ ਉਹ ਜਦੋਂ ਤੁਸੀਂ ਫਿਰ ਪਿਕਅਪ ਤੁਹਾਨੂੰ ਕਦੋਂ ਕਰਦੇ ਆ ਉਹ ਵੀਲ ਚੇਅਰ ਤੁਹਾਡੀ ਇਮੀਗ੍ਰੇਸ਼ਨ ਕਲੀਅਰ ਹੋ ਜਾਂਦੀ ਹੈ ਜਦ ਤੁਸੀਂ ਬੈਗ ਨਹੀਂ ਜਦੋਂ ਅਸੀਂ ਬੋਰਡਿੰਗ ਪਾਸ ਬਣਾਉਣੇ ਆ ਨਾ ਆਪਣਾ ਸਮਾਨ ਚੈੱਕਅਪ ਕਰਾਉਣਾ ਉਸੇ ਟਾਈਮ ਸਾਨੂੰ ਉੱਥੇ ਵੀਲ ਚੇਅਰ ਵਾਸਤੇ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਮੇਰੀ ਟਿਕਟ ਆ ਜਿਹੜੀ ਭਾਈ ਵੀਲ ਚੇਅਰ ਵਾਲੀ ਆ ਕਿਉਂਕਿ ਸਭ ਤੋਂ ਪਹਿਲਾਂ ਸਟਾਰਟਿੰਗ 'ਚ ਜਾ ਕੇ ਸਾਨੂੰ ਆਪਣਾ ਸਮਾਨ ਜਮ੍ਹਾਂ ਕਰਾਉਣਾ ਪੈਂਦਾ ਲਗੇਜ ਜਮ੍ਹਾਂ ਕਰਾ ਦਿੰਦੇ ਲਗੇਜ ਜਮ੍ਹਾਂ ਕਰਾ ਦਿੰਦੇ ਅਤੇ ਜਦੋਂ ਅਸੀਂ ਲਗੇਜ ਜਮ੍ਹਾਂ ਕਰਾਉਂਦੇ ਹਾਂ ਤਾਂ ਉਸ ਟਾਈਮ ਅਸੀਂ ਉਹਨਾਂ ਨੂੰ ਇਹ ਕਹੀਏ ਵੀ ਮੇਰੀ ਵੀਲ ਚੇਅਰ ਆ ਉਹ ਤੁਹਾਨੂੰ ਉਦੋਂ ਹੀ ਪ੍ਰੋਵਾਈਡ ਕਰ ਦਿੰਦੇ ਕਿਸੇ ਦੇ ਮੰਮੀ ਕੱਲੇ ਆ ਰਹੇ ਨੇ ਅਨਪੜ੍ਹ ਹੁੰਦੇ ਨੇ ਕਿਸੇ ਦੇ ਡੈਡੀ ਕੱਲੇ ਆ ਰਹੇ ਨੇ ਤੇ ਸਭ ਤੋਂ ਵਧੀਆ ਚੀਜ਼ ਆ ਵੀ ਜਿਵੇਂ ਅੰਕਲ ਜੀ ਹੋਰਾਂ ਨੇ ਦੱਸਿਆ ਇਹਨਾਂ ਦਾ ਐਕਸਪੀਰੀਅੰਸ ਆ ਕਿਉਂਕਿ ਇਹ ਵੀਲ ਚੇਅਰ ਦੇ ਥਰੂ ਆਏ ਆ ਹਨਾ ਵੀਲ ਚੇਅਰ ਤੁਸੀਂ ਜ਼ਰੂਰ ਕਰਾਓ ਵੀਲ ਚੇਅਰ ਦੇ ਨਾਲ ਜਿਵੇਂ ਸੌਖਾ ਹੋ ਜਾਂਦਾ ਤੁਸੀਂ ਆਪਦਾ ਜਦੋਂ ਲਾਗੇ ਜਮ੍ਹਾਂ ਕਰਾਉਂਦੇ ਹੋ ਉਦੋਂ ਤੁਹਾਨੂੰ ਉਹ ਵੀਲ ਚੇਅਰ ਪ੍ਰੋਵਾਈਡ ਕਰਾਉਂਦੇ ਆ ਫਿਰ ਇਮੀਗ੍ਰੇਸ਼ਨ ਵੀ ਉਹ ਕਲੀਅਰ ਕਰਵਾਉਂਦੇ ਆ ਅਤੇ ਜਹਾਜ਼ 'ਤੇ ਬਿਠਾਉਂਦੇ ਵੀ ਉਹੀ ਆ ਵਿੱਚ। ਹੁਣ ਆਪਾਂ ਅੱਗੇ ਗੱਲਬਾਤ ਕਰਦੇ ਹੁਣ ਕਈ ਵਾਰ ਐਵੇਂ ਹੁੰਦੀ ਹੈ ਜੀ ਗੱਲ ਕਨੈਕਟਡ ਫਲੈਟਾਂ ਹੁੰਦੀਆਂ ਨੇ ਜਿਵੇਂ ਕਈ ਤਾਂ ਸਿੱਧੀਆਂ ਫਲੈਟਾਂ ਹੁੰਦੀਆਂ ਮੰਨ ਲਓ ਵੀ ਕਿਸੇ ਨੇ ਆਸਟ੍ਰੇਲੀਆ ਆਉਣਾ ਉਹ ਦਿੱਲੀਓਂ ਚੜ੍ਹਿਆ ਸਿੱਧਾ ਸਿਡਨੀ ਆ ਕੇ ਉੱਤਰ ਗਿਆ ਉਹਨੂੰ ਤਾਂ ਕੋਈ ਖਿਆ ਨਹੀਂ। ਕਈਆਂ ਜਿਵੇਂ ਕਨੈਕਟਡ ਹੁੰਦੀਆਂ ਨੇ ਵੀ ਸਟੇਅ ਹੁੰਦੀ ਆ ਉੱਥੇ ਬਾਰੇ ਥੋੜ੍ਹਾ ਜਿਹਾ ਦੱਸੋ ਵੀ ਉੱਥੇ ਤੁਸੀਂ ਕਿਵੇਂ ਦੇਖਣਾ ਕਿਵੇਂ ਸਕਰੀਨਾਂ ਤੋਂ ਜਾਂ ਕਿਹਨੂੰ ਪੁੱਛਣਾ ਵੀ ਜੇ ਜਹਾਜ਼ ਕਿਵੇਂ ਚੇਂਜ ਕਰਨਾ ਉਹਦਾ ਸਭ ਤੋਂ ਵੱਡਾ ਚੀਜ਼ ਆ ਜਿਹੜੀ ਜਿੱਥੇ ਕਨੈਕਟਿੰਗ ਫਲੈਟਾਂ ਨੇ ਨਾ ਪਹਿਲਾਂ ਦੇ ਵਿੱਚ ਸਟਾਰਟਿੰਗ ਜਿੱਥੋਂ ਆਪਾਂ ਦਿੱਲੀ ਤੋਂ ਚੱਲਦੇ ਹਾਂ ਉਹ ਏਅਰਲਾਈਨ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਜਿਹੜਾ ਤੁਹਾਡਾ ਲਗੇਜ ਆ ਉਹ ਦੂਜੇ ਜਹਾਜ਼ ਦੇ ਵਿੱਚ ਟ੍ਰਾਂਸਫਰ ਕਰ ਦੇਣਾ। ਹਾਂਜੀ ਪਰ ਸਾਡੇ ਦਿਮਾਗ ਦੇ ਵਿੱਚ ਕਈ ਵਾਰ ਇਹ ਚੀਜ਼ ਰਹਿੰਦੀ ਯਾਰ ਆਪਣਾ ਸਮਾਨ ਆ ਪਤਾ ਨਹੀਂ ਚੜਾਉਣਗੇ ਜਾਂ ਨਾ ਚੜਾਉਣਗੇ ਫਿਕਰ ਰਹਿੰਦਾ ਜਾ ਕੇ ਉੱਥੇ ਬੈਗ ਚੱਕਣੇ ਦੁਬਾਰੇ ਦੂਜੇ ਜਹਾਜ਼ ਤੇ। ਹਾਂ ਪਹਿਲੀ ਗੱਲ ਇੰਡੀਆ ਤੋਂ ਬੈਠੇ ਜਦੋਂ ਤੁਹਾਡੇ ਬੱਚੇ ਤੁਹਾਨੂੰ ਬੁਲਾਉਂਦੇ ਨੇ ਉਹਨਾਂ ਤੋਂ ਇਸ ਚੀਜ਼ ਨੂੰ ਪੂਰੀ ਤਰ੍ਹਾਂ ਕਨਫਰਮ ਕਰੋ ਵੀ ਜਿਹੜਾ ਸਾਡਾ ਲਗੇਜ ਆ ਉਹ ਜਹਾਜ਼ ਦੇ ਵਿੱਚੋਂ ਆਪਣੇ ਆਪ ਟ੍ਰਾਂਸਫਰ ਕਰਨਗੇ ਜਾਂ ਸਾਨੂੰ ਪਹਿਲੇ ਏਅਰਪੋਰਟ ਤੇ ਜਿੱਥੇ ਅਸੀਂ ਉਤਰਦੇ ਆ ਉੱਥੋਂ ਪਿਕ ਅਪ ਕਰਕੇ ਦੂਜੀ ਜਗ੍ਹਾ ਸਾਨੂੰ ਫੇਰ ਉਹ ਕਰਨਾ ਪੈਣਾ। ਪਰ ਮੇਰੇ ਨਾਲ ਜਿਹੜਾ ਇਸ ਟ੍ਰਿਪ ਦੇ ਵਿੱਚ ਹੋਇਆ ਮੈਨੂੰ ਆਪਣੇ ਬੇਟੇ ਨੇ ਇਹ ਗੱਲ ਕਹੀ ਸੀ ਕਿ ਡੈਡੀ ਤੁਸੀਂ ਚੁੱਪ ਕਰਕੇ ਜਦੋਂ ਦਿੱਲੀ ਤੋਂ ਚੜ੍ਹਨਾ ਸਮਾਨ ਤੁਹਾਡਾ ਜਮ੍ਹਾਂ ਹੋ ਗਿਆ ਉਸ ਤੋਂ ਬਾਅਦ ਸਿੱਧਾ ਸਮਾਨ ਆ ਕੇ ਤੁਹਾਨੂੰ ਉੱਥੇ ਮਿਲਣਾ। ਪਰ ਸਾਨੂੰ ਇਸ ਵਾਰ ਏਅਰ ਇੰਡੀਆ ਦੇ ਵਿੱਚ ਜਿਹੜੇ ਉੱਥੇ ਮੁਲਾਜ਼ਮ ਨੇ ਉਹਨਾਂ ਨੇ ਬੜਾ ਗਲਤ ਗਾਈਡ ਕੀਤਾ ਕਨਫਿਊਜ਼ ਕਰਤਾ ਉਹ ਸਾਨੂੰ ਕਹਿਣ ਲੱਗੇ ਤੁਹਾਨੂੰ ਸਮਾਨ ਸਿਰਨੀ ਪਿਕਅਪ ਕਰਨਾ ਪਊਗਾ ਉਸ ਤੋਂ ਬਾਅਦ ਤੁਸੀਂ ਅੱਗੇ ਮਤਲਬ ਸਮਾਨ ਤੁਹਾਡਾ ਅਗਲੇ ਜਹਾਜ਼ 'ਚ ਉਹਨਾਂ ਨੇ ਮੂਵ ਕਰਨਾ ਫਿਰ ਤੁਸੀਂ ਜਾਣਾ। ਤੇ ਸਾਨੂੰ ਪ੍ਰੋਬਲਮ ਇਹ ਆਈ ਜਦੋਂ ਅਸੀਂ ਆ ਕੇ ਸਿਡਨੀ ਉੱਤੇ ਅਸੀਂ ਆਪਣਾ ਸਮਾਨ ਲੈਣ ਵਾਸਤੇ ਉੱਥੇ ਦੇਖਦੇ ਰਹੇ ਚਾਈਨਾ ਚੱਲਦੇ ਨੇ ਬੜੇ ਚਿਰ ਖੱਜਲ ਖੁਆਰ ਹੁੰਦੇ ਰਹੇ ਨਾਲ ਇੰਡੀਆ ਤੋਂ ਤਕਰੀਬਨ ਹੋਰ 2-3 ਫੈਮਿਲੀਆਂ ਆਈਆਂ ਹੋਈਆਂ ਸੀ। ਠੀਕ ਹੈ ਜੀ। ਪਰ ਬੈਡ ਲੱਕ ਸਾਡਾ ਉਹਨਾਂ ਨਾਲ ਆਪਸੀ ਸੰਪਰਕ ਨਹੀਂ ਹੋ ਸਕਿਆ ਉੱਥੇ। ਹਾਂਜੀ ਇਸ ਚੀਜ਼ ਨੂੰ ਅਸੀਂ ਦੇਖ ਕੇ ਕਾਫੀ
ਹਰਾਸਮੈਂਟ ਹੋਈ ਸਨ ਪਰ ਕਿਤੇ ਵੀ ਤੁਸੀਂ ਦੁਨੀਆਂ ਦੇ ਕਿਸੇ ਕੋਨੇ ਤੇ ਜਾਓ ਤੁਹਾਨੂੰ ਕੋਈ ਨਾ ਕੋਈ ਹੈਲਪ ਵਾਲਾ ਬੰਦਾ ਜ਼ਰੂਰ ਮਿਲ ਜਾਂਦਾ ਸਾਨੂੰ ਉੱਥੇ ਇੱਕ ਲੜਕਾ ਲੜਕੀ ਮਿਲੇ ਤੇ ਮੈਂ ਉਹਨੂੰ ਦੱਸਿਆ ਵੀ ਬੇਟੇ ਏਦਾਂ ਏਦਾਂ ਕਰਕੇ ਮੈਂ ਆਪਣੇ ਬੇਟੇ ਕੋਲੇ ਚੱਲਿਆ ਤੇ ਮੇਰੇ ਸਮਾਨ ਦੀ ਪ੍ਰੋਬਲਮ ਆ ਉਹ ਗਿਆ ਮੇਰੇ ਨਾਲ ਉਹਨੇ ਇੱਕ ਫਾਰਮ ਤੇ ਜਿਹੜਾ ਉਹ ਭਰਵਾਇਆ ਹਾਲਾਂਕਿ ਮੈਂ ਥੋੜੀ ਮੋਟੀ ਜ਼ਰੂਰ ਅੰਗਰੇਜ਼ੀ ਬੋਲ ਲੈਂਦਾ ਸੀ ਉਹਨਾਂ ਦੀ ਗੱਲ ਨੂੰ ਸਮਝ ਸਕਦਾ ਤੇ ਸਮਝਾ ਸਕਦਾ ਸੀ ਪਰ ਉਹ ਬੇਟੇ ਨੇ ਮੇਰੀ ਬੜੀ ਹੈਲਪ ਕੀਤੀ ਮੇਰਾ ਫਾਰਮ ਭਰਵਾਇਆ ਤੇ ਉਹਦੀ ਜਿਹੜੀ ਮਿਸਿਜ਼ ਸੀ ਉਹ ਬੜੀ ਮੈਨੂੰ ਆਪਣੀ ਧੀਆਂ ਵਾਂਗੂ ਲੱਗੀ ਉਹਨੇ ਕਿਹਾ ਵੀ ਅੰਕਲ ਜੀ ਤੁਸੀਂ ਬਿਲਕੁਲ ਪਰਵਾਹ ਨਾ ਕਰੋ ਕੋਈ ਫਿਕਰ ਕਰਨ ਦੀ ਲੋੜ ਨਹੀਂ ਤੁਸੀਂ ਆਪਣੇ ਬੇਟੇ ਦਾ ਨੰਬਰ ਦੱਸੋ ਮੈਂ ਉਹਨਾਂ ਨੂੰ ਕਾਲ ਕਰਦੀ ਹਾਂ ਕਿਉਂਕਿ ਜਦੋਂ ਮੈਂ ਸਿਡਨੀ ਉਤਰਿਆ ਉਸ ਟਾਈਮ ਵਾਈਫਾਈ ਦੀ ਉੱਥੇ ਜਿਹੜੀ ਸਹੂਲਤ ਆ ਉਹ ਨਹੀਂ ਸਾਨੂੰ ਲੱਭੀ ਤੇ ਉਹ ਕਨੈਕਟ ਨਹੀਂ ਸੀਗਾ ਹੁੰਦਾ ਵਾਈਫਾਈ ਕਨੈਕਟ ਕਰਨ ਵਾਸਤੇ ਤੁਹਾਨੂੰ ਉਹਦਾ ਕੋਡ ਨੰਬਰ ਚਾਹੀਦਾ ਹੁੰਦਾ ਸਾਨੂੰ ਉਹ ਨਹੀਂ ਸੀ ਮਿਲ ਰਿਹਾ ਪਰ ਉਹਨਾਂ ਨੇ ਸਾਡੀ ਬੜੀ ਹੈਲਪ ਕੀਤੀ ਮੇਰੇ ਬੇਟੇ ਨਾਲ ਮੇਰੀ ਗੱਲਬਾਤ ਹੋਈ ਉਹ ਕਹਿਣ ਲੱਗਾ ਤੁਸੀਂ ਇਹ ਚੀਜ਼ ਦਾ ਫਿਕਰ ਛੱਡੋ ਸਮਾਨ ਆਪੇ ਪਹੁੰਚ ਜੂਗਾ ਤੁਸੀਂ ਆਰਾਮ ਦੇ ਨਾਲ ਖਾਓ ਪੀਓ ਕਿਉਂਕਿ ਸਾਡੀ ਸਿਡਨੀ 10 ਘੰਟੇ ਦੀ ਸਟੇ ਸੀਗੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਅਗਲਾ ਜਿਹੜਾ ਬੋਰਡਿੰਗ ਪਾਸ ਲੈ ਕੇ ਤੁਸੀਂ ਆਪਣੇ ਜਹਾਜ਼ 'ਚ ਬੈਠਣ ਦੀ ਗੱਲ ਕਰੋ ਸਮਾਨ ਦਾ ਕੋਈ ਫਿਕਰ ਨਾ ਕਰੋ ਇਸ ਚੀਜ਼ ਦੀ ਸਾਨੂੰ ਕਈ ਵਾਰ ਏਅਰਲਾਈਨਾਂ ਮਤਲਬ ਕਨਫਿਊਜ਼ ਕਰਦੇ ਨੇ ਇੱਥੇ ਕੋਈ ਪੜ੍ਹੇ ਲਿਖੇ ਜਾਂ ਅਨਪੜ੍ਹ ਬੰਦੇ ਦੀ ਗੱਲ ਨਹੀਂ ਉਹ ਏਅਰਲਾਈਨ ਦੇ ਸਟਾਫ 'ਤੇ ਡਿਪੈਂਡ ਕਰਦਾ ਕਿ ਉਹ ਤੁਹਾਨੂੰ ਕਿੱਦਾਂ ਗਾਈਡ ਕਰਦੇ ਨੇ ਬਿਲਕੁਲ ਜਿਵੇਂ ਹੁਣ ਤੁਹਾਡੀ ਆਪਾਂ ਗੱਲ ਕਰ ਲਈ ਜਿਵੇਂ ਅੰਕਲ ਜੀ ਹੋਰਾਂ ਦੀ ਜਿਹੜੀ ਫਲਾਈਟ ਸੀਗੀ ਵੀ ਇੰਡੀਆ ਤੋਂ ਸਿਡਨੀ ਦੀ ਸੀ ਸਿਡਨੀ ਤੋਂ ਚਲੋ ਇਹਨਾਂ ਦਾ ਲਾਸਟ ਡੈਸਟੀਨੇਸ਼ਨ ਸੀਗਾ ਉੱਥੋਂ ਹੁਣ ਹੈਗੀ ਤਾਂ ਇਹਨਾਂ ਦੀ ਐਵੇਂ ਸੀ ਕਿ ਲਗੇਜ਼ ਮੋਸਟਲੀ ਜਿਹੜੀਆਂ ਏਅਰਲਾਈਨ ਹੀ ਕਰਦੀਆਂ ਹੁੰਦੀਆਂ ਨੇ ਪਰ ਉਹਨਾਂ ਨੇ ਇਹਨਾਂ ਨੂੰ ਕਨਫਿਊਜ਼ ਕਰਤਾ ਕਿ ਤੁਹਾਡਾ ਜਿਹੜਾ ਸਮਾਨ ਤੁਹਾਨੂੰ ਲੈਣਾ ਪੈਣਾ ਤੇ ਦੁਬਾਰਾ ਜਮ੍ਹਾਂ ਕਰਾਉਣਾ ਪਰ ਐਵੇਂ ਦੀ ਗੱਲ ਨਹੀਂ ਸੀ ਉਹਨਾਂ ਨੇ ਮੈਨੂੰ ਲੱਗਦਾ ਬਾਅਦ 'ਚ ਆਪ ਹੀ ਕਰਾਇਆ ਬਾਅਦ 'ਚ ਬਿਲਕੁਲ ਪਰ ਜਿਵੇਂ ਅੰਕਲ ਜੀ ਉਹਨਾਂ ਨੇ ਦੂਜੀ ਗੱਲ ਦੱਸੀ ਆ ਵੀ ਕਿਤੇ ਨਾ ਕਿਤੇ ਤੁਹਾਨੂੰ ਕੋਈ ਨਾ ਕੋਈ ਹੈਲਪ ਕਰਨ ਵਾਲਾ ਮਿਲ ਜਾਂਦਾ ਇੱਕ ਵਾਰ ਜਦੋਂ ਆਪਾਂ ਪਹਿਲੀ ਵਾਰ ਜਾਂਦੇ ਹਾਂ ਨਾ ਕਿਤੇ ਵੀ ਤਾਂ ਉਦੋਂ 100 ਸਵਾਲ ਹੁੰਦੇ ਨੇ ਦਿਮਾਗ 'ਚ ਬੰਦਾ ਥੋੜ੍ਹਾ ਜਿਹਾ ਪਜ਼ਲ ਜਿਹਾ ਹੋ ਜਾਂਦਾ ਵੀ ਪਤਾ ਨਹੀਂ ਕੀ ਹੋਊਗਾ ਸੋ ਤੁਸੀਂ ਕਦੇ ਵੀ ਆਪਦੇ ਜਿਹੜਾ ਟ੍ਰਿਪ ਨੂੰ ਉਹ ਨਾ ਕਰੋ ਜਗੋ ਨਾ ਗੱਲਬਾਤ ਕਰ ਲਓ ਕਿਸੇ ਨੂੰ ਦੱਸੋ ਜਿਵੇਂ ਹੁਣ ਅੰਕਲ ਜੀ ਉਹਨਾਂ ਨੇ ਉਹਨਾਂ ਨੂੰ ਦੱਸਿਆ ਜਿਵੇਂ ਮਿਲੇ ਹਨਾ ਮੁੰਡਾ ਤੇ ਕੁੜੀ ਉਹਨਾਂ ਨੇ ਕਿੰਨੀ ਹੈਲਪ ਕੀਤੀ ਨਾਲੇ ਇਹਨਾਂ ਦੇ ਬੱਚੇ ਨਾਲ ਵੀ ਗੱਲ ਕਰਾਈ ਤੇ ਨਾਲੇ ਇਹਨਾਂ ਦਾ ਜਿਹੜਾ ਸੀਗਾ ਉਹ ਲਗੇਜ ਦਾ ਵੀ ਸੌਰਟ ਆਊਟ ਕਰਾਇਆ ਕੀ ਓਵਰਆਲ ਤੁਹਾਡਾ ਕਿਵੇਂ ਰਿਹਾ ਜੀ ਫਿਰ ਜਿਹੜਾ ਫਲਾਈਟ ਦਾ ਸੀਗਾ ਖਾਣ ਪੀਣ ਦਾ ਸਾਰਾ ਖਾਣ ਪੀਣ ਦਾ ਜਿਹੜਾ ਤਕਰੀਬਨ ਠੀਕ ਆ ਕਿਉਂਕਿ ਸਾਡਾ ਜਿਹੜਾ ਅਸੀਂ ਅਮਰ ਛਕਿਆ ਹੋਇਆ ਵੈਜੀਟੇਰੀਅਨ ਫੂਡ ਅਸੀਂ ਨੇ ਲਿਆ ਉਹ ਏਅਰ ਇੰਡੀਆ ਦੇ ਵਿੱਚ ਜਦੋਂ ਵੀ ਤੁਸੀਂ ਸੀਟ ਬੁੱਕ ਕਰਾਉਂਦੇ ਹੋ ਨਾ ਉਹ ਨਾਲ ਦੀ ਨਾਲ ਤੁਹਾਡਾ ਪੁੱਛਦੇ ਵੀ ਤੁਹਾਡਾ ਖਾਣਾ ਦਾਣਾ ਕੀ ਆ ਵੈਜੀਟੇਰੀਅਨ ਆ ਜਾਂ ਨੋਨ ਵੈਜ ਆ ਉਹ ਸਾਨੂੰ ਵੈਜੀਟੇਰੀਅਨ ਫੂਡ ਮਿਲਿਆ ਤੇ ਜਦੋਂ ਅਸੀਂ ਸਿਡਨੀ ਤੋਂ ਕ੍ਰਾਈਸਟ ਚਰਚ ਵਾਸਤੇ ਚੜ੍ਹਿਆ ਉੱਥੇ ਵੀ ਸਾਨੂੰ ਵੈਜੀਟੇਰੀਅਨ ਨੇ ਉਹਨਾਂ ਨੇ ਜਿਹੜਾ ਫੂਡ ਆ ਉਹ ਦਿੱਤਾ ਬਿਲਕੁਲ ਜਿਵੇਂ ਅੰਕਲ ਜੀ ਹੋਰਾਂ ਨੇ ਆਹ ਵੀ ਗੱਲ ਦੱਸੀ ਆ ਕਿ ਕਈ ਵਾਰ ਜਿਵੇਂ ਹੋਇਆ ਵੀ ਆ ਪਹਿਲਾਂ ਸਾਡੇ ਐਵੇਂ ਜਾਣਕਾਰ 'ਚ ਕਿ ਉਹਨਾਂ ਨੇ ਨਾ ਫੂਡ ਖਾਧੇ ਹੀ ਨਹੀਂ ਜਦੋਂ ਦਿੱਤੀ ਉਹਨਾਂ ਨੇ ਮੀਲ ਉਹਨਾਂ ਨੂੰ ਐਂ ਲੱਗਿਆ ਕਿਤੇ ਵੀ ਇਹ ਤਾਂ ਕੋਈ ਮੀਟ ਆ ਜਾਂ ਕੋਈ ਨੋਨ ਵੈਜ ਨਾ ਹੋਵੇ ਪਰ ਜੇ ਤੁਸੀਂ ਟਿਕ ਕਰਦੇ ਹੋ ਜਦੋਂ ਤੁਸੀਂ ਬੁੱਕ ਕਰਵਾਉਂਦੇ ਹੋ ਆਪਦੀ ਟਿਕਟ ਜਿਹੜੀ ਉਹਦੇ 'ਚ ਵੈਜੀਟੇਰੀਅਨ ਕਰਦੇ ਹੋ ਤਾਂ ਉਹ ਤੁਹਾਨੂੰ ਵੈਜੀਟੇਰੀਅਨ ਫੂਡ ਹੀ ਦੇਣਗੇ ਤੇ ਜੇ ਤੁਹਾਨੂੰ ਕਈ ਵਾਰ ਉਹ ਵੀ ਹੁੰਦਾ ਤਾਂ ਕੋਈ ਉਹ ਕਰਨ ਦੀ ਲੋੜ ਨਹੀਂ ਉਹਨਾਂ ਨੂੰ ਫਲ ਫਰੂਟ ਵੀ ਦਿੰਦੇ ਆ ਉਹ ਜੂਸ ਵਗੈਰਾ ਵੀ ਦਿੰਦੇ ਆ ਜਹਾਜ਼ ਦੇ ਵਿੱਚ ਤੇ ਦੂਸਰੀ ਗੱਲ ਇੱਕ ਸਵਾਲ ਹੋਰ ਆ ਜਿਹੜਾ ਕਾਫੀ ਕਾਮਨ ਆ ਜਿਵੇਂ ਅੰਕਲ ਜੀ ਉਹਨਾਂ ਨੇ ਕਿਹਾ ਵੀ ਅੰਮ੍ਰਿਤ ਛਕਿਆ ਹੋਇਆ ਇਹਨਾਂ ਦਾ ਹਨਾ ਕਿਰਪਾਨ ਨੂੰ ਲੈ ਕੇ ਬਹੁਤ ਵੱਡਾ ਸਵਾਲ ਹੁੰਦਾ ਕਈਆਂ ਦੇ ਮਨ 'ਚ ਵੀ ਉਹ ਜਹਾਜ਼ 'ਚ ਲਿਜਾਣ ਦਿੰਦੇ ਨੇ ਜਾਂ ਆਪਾਂ ਨੂੰ ਲਾਉਣੀ ਪੈਂਦੀ ਆ ਜਾਂ ਲਾ ਕੇ ਆਪਾਂ ਫਿਰ ਜਿਹੜਾ ਤੁਸੀਂ ਜਹਾਜ਼ 'ਚ ਬੈਗ ਲੈ ਕੇ ਜਾਂਦੇ ਹੋ ਹੈਂਡ ਬੈਗ ਉਹਦੇ 'ਚ ਪਾਉਣੀ ਪੈਂਦੀ ਆ ਜਾਂ ਤੁਸੀਂ ਥੱਲੇ ਜਿਹੜਾ ਬੈਗ ਜਾਂਦਾ ਜਹਾਜ਼ ਦੇ ਵਿੱਚ ਉਹਦੇ 'ਚ ਪਾਉਣੀ ਪੈਂਦੀ ਇਹਦੇ ਬਾਰੇ ਵੀ ਥੋੜ੍ਹਾ ਕਲੀਅਰ ਹਾਂ ਇਹਦੇ ਬਾਰੇ ਆ ਮੈਂ ਜਦੋਂ ਇੰਡੀਆ ਤੋਂ ਆਉਣਾ ਸੀ ਕ੍ਰਾਈਸਟ ਚਰਚ ਮੈਂ ਇਹਦੇ ਬਾਰੇ ਬੜਾ ਫਿਕਰਮੰਦ ਸੀ ਤੇ ਮੈਂ ਕਈ ਬੰਦਿਆਂ ਨਾਲ ਗੱਲ ਕੀਤੀ ਜਿਹੜੇ ਅੰਮ੍ਰਿਤਧਾਰੀ ਮੇਰੇ ਨਜ਼ਦੀਕੀ ਸੀ ਜਾਣ ਪਹਿਚਾਣ ਵਾਲੇ ਕਿ ਬਈ ਆਪਾਂ ਨੂੰ ਇਸ ਚੀਜ਼ ਦਾ ਕੀ ਹੱਲ ਆ ਆਪਾਂ ਕਿਰਪਾਨ ਪਹਿਨ ਕੇ ਜਾ ਸਕਦੇ ਹਾਂ ਜਾਂ ਉਹਨੂੰ ਬੈਗ 'ਚ ਲਿਜਾ ਸਕਦੇ ਹਾਂ ਜਾਂ ਉਹਨੂੰ ਲਾ ਕੇ ਟੈਚੀ 'ਚ ਪਾ ਸਕਦੇ ਹਾਂ ਇਸ ਚੀਜ਼ ਦਾ ਮੈਨੂੰ ਮਤਲਬ ਜਿਹੜੇ ਮੇਰੇ ਤੋਂ ਪਹਿਲਾਂ ਜਿਨ੍ਹਾਂ ਨੇ ਟਰੈਵਲ ਕੀਤਾ ਸਾਡੇ ਗੁਰੂ ਘਰ ਮੁੰਡਾ ਇੱਕ ਹਾਂਜੀ ਹਰਕੀਰਤ ਤੇ ਉਹਨੇ ਮੈਨੂੰ ਕਿਹਾ ਅੰਕਲ ਜੀ ਕੋਈ ਪ੍ਰੋਬਲਮ ਨਹੀਂ ਪਰ ਤੁਸੀਂ ਨਾ ਤਾਂ ਪਹਿਨ ਕੇ ਜਾ ਸਕਦੇ ਹੋ ਨਾ ਤੁਸੀਂ ਹੈਂਡ ਬੈਗ 'ਚ ਲਿਜਾ ਸਕਦੇ ਹੋ ਤੁਸੀਂ ਜਿਹੜੀ ਕਿਰਪਾਨ ਆ ਉਹਨੂੰ ਨੋਰਮਲੀ ਆਪਣੇ ਅਟੈਚੀ 'ਚ ਪਾਓ ਜਿਹੜਾ ਲਗੇਜ ਤੁਹਾਡਾ ਜਮ੍ਹਾਂ ਹੁੰਦਾ ਜਹਾਜ਼ ਦੇ ਵਿੱਚ ਜੇ ਤੁਸੀਂ ਉਹਦੇ 'ਚ ਪਾ ਕੇ ਲੈ ਕੇ ਜਾਓਗੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਜਿਹੜਾ ਹੈਂਡ ਬੈਗ ਆ ਉਹਦੇ 'ਚ ਸਿਰਫ ਅਸੀਂ ਕੋਈ ਵੀ ਇੱਦਾਂ ਦਾ ਨਾ ਵੈਪਨ ਹਾਲਾਂਕਿ ਈਵਨ ਇੱਥੋਂ ਤੱਕ ਵੀ ਆ ਵੀ ਜੇ ਅਸੀਂ ਪੱਗ ਸਵਾਰਨ ਵਾਸਤੇ ਸਰਦਾਰ ਲੋਕ ਬਾਜ ਹੁੰਦਾ ਇੱਕ ਛੋਟੀ ਜਿਹੀ ਸਲਾਈ ਰੱਖਦੇ ਆ ਉਹ ਤੇ ਵੀ ਉਹ ਡਿਨਾਈ ਕਰਦੇ ਨੇ ਕਿ ਨਹੀਂ ਤੁਸੀਂ ਇਹ ਵੀ ਨਹੀਂ ਲਿਜਾ ਸਕਦੇ ਬਾਕੀ ਪ੍ਰੋਬਲਮ ਕੋਈ ਨਹੀਂ ਹੈਗੀ ਤੁਸੀਂ ਉਹ ਚੀਜ਼ਾਂ ਨੇ ਜਿਹੜੀਆਂ
ਜਿਹੜੀਆਂ ਨੂੰ ਉਹ ਸਮਝਦੇ ਨੇ ਵੀ ਠੀਕ ਨਹੀਂ ਹੈ ਉਹ ਤੁਸੀਂ ਆਪਣੇ ਟੈਚੀ ਚ ਪਾ ਕੇ ਲਿਜਾ ਸਕਦੇ। ਅੰਕਲ ਜੀ ਹੋਰਾਂ ਨੇ ਜਿਵੇਂ ਇਹ ਗੱਲ ਵੀ ਤੁਹਾਨੂੰ ਦੱਸੀ ਆ ਕਾਫੀ ਇਹ ਲੋਕਾਂ ਦਾ ਸਵਾਲ ਹੁੰਦਾ ਕਿਉਂਕਿ ਦੋ ਚਿੱਤੀ ਜੀ ਹੁੰਦੀ ਆ ਵੀ ਜੀ ਕਿਰਪਾਨ ਲਿਜਾਣ ਦੇਣਗੇ ਜਾਂ ਨਹੀਂ। ਕਿਰਪਾਨ ਚਾਹੇ ਵੱਡੀ ਹੋਵੇ ਚਾਹੇ ਛੋਟੀ ਹੋਵੇ ਉਹ ਤੁਹਾਨੂੰ ਨਾਲ ਨਹੀਂ ਤੁਸੀਂ ਲਿਜਾ ਸਕਦੇ, ਉਹ ਲਾ ਕੇ ਤੁਹਾਨੂੰ ਜਿਹੜਾ ਆਪਦਾ ਵੱਡਾ ਬੈਗ ਹੁੰਦਾ ਉਹਦੇ ਚ ਪਾਉਣੀ ਪੈਂਦੀ ਆ ਤੇ ਆ ਕੇ ਤੁਸੀਂ ਦੁਬਾਰਾ ਇੱਥੇ ਫੇਰ ਪਾ ਸਕਦੇ ਹੋ। ਜਿਹੜਾ ਲਾਸਟ ਜਦੋਂ ਤੁਸੀਂ ਉਤਰਦੇ ਹੋ ਏਅਰਪੋਰਟ ਤੇ ਉਦੋਂ ਫਿਰ ਉਹ ਪ੍ਰੋਸੈਸ ਵੀ ਥੋੜਾ ਦੱਸ ਦੋ ਵੀ ਇਮੀਗ੍ਰੇਸ਼ਨ ਹੁੰਦੀ ਆ ਫਿਰ ਉਸ ਤੋਂ ਬਾਅਦ ਬੈਗ ਕਿਵੇਂ ਲੈਣੇ ਆ ਉਹ ਚੀਜ਼ ਬਾਰੇ ਵੀ ਥੋੜਾ। ਇਹ ਬਾਰੇ ਸਭ ਤੋਂ ਵੱਡੀ ਗੱਲ ਹੈ ਇੱਕ ਤਾਂ ਜਦੋਂ ਸਾਡਾ ਜਹਾਜ਼ ਕਿਸੇ ਵੀ ਕੰਟਰੀ ਦੇ ਵਿੱਚ ਲੈਂਡ ਕਰਦਾ ਨਾ ਉੱਥੋਂ ਤੋਂ ਇੱਕ ਫਾਰਮ ਭਰਵਾਉਂਦੇ ਨੇ। ਹਾਂਜੀ ਆਹਾ ਇਹ ਵੀ ਚੀਜ਼ ਮੈਂ ਵਧੀਆ ਤੁਸੀਂ ਮਿਸ ਨਹੀਂ ਕੀਤੀ ਪਰ ਮੈਂ ਮਿਸ ਕਰਤੀ ਸੀ। ਜਦੋਂ ਆਪਣਾ ਐਂਡ ਡੈਸਟੀਨੇਸ਼ਨ ਹੁੰਦਾ ਫੋਰ ਐਗਜ਼ਾਮਪਲ ਤੁਸੀਂ ਕੈਨੇਡਾ ਚੱਲੇ ਹੋ ਅਮੈਰੀਕਾ ਚੱਲੇ ਹੋ ਨਿਊਜ਼ੀਲੈਂਡ ਆਸਟ੍ਰੇਲੀਆ ਕਿਤੇ ਵੀ ਚੱਲੇ ਹੋ ਉਹਨਾਂ ਜਦੋਂ ਤੁਸੀਂ ਲਾਸਟ ਤੇ ਉਤਰਨਾ ਹੁੰਦਾ ਜਹਾਜ਼ ਦੇ ਵਿੱਚ ਤੁਹਾਨੂੰ ਇੱਕ ਫਾਰਮ ਦਿੰਦੇ ਨੇ ਜਿਵੇਂ ਅੰਕਲ ਜੀ ਹੁਣ ਤੁਹਾਨੂੰ ਉਹ ਗੱਲ ਦੱਸਣਗੇ ਉਹ ਭਰਨਾ ਪੈਂਦਾ ਆਪਾਂ ਨੂੰ ਉਹਦੇ ਵਿੱਚ ਤੁਹਾਨੂੰ ਮੈਂਸ਼ਨ ਕਰਨਾ ਪੈਂਦਾ ਕਿ ਤੁਹਾਡੇ ਕੋਲੇ ਕੀ ਆ ਬੈਗਾਂ ਦੇ ਵਿੱਚ ਹਨਾ ਉਹ ਚੀਜ਼ ਬਾਰੇ ਦੱਸੋ। ਹਾਂਜੀ ਹਾਂ ਉਹਦੇ 'ਚ ਇਹ ਚੀਜ਼ ਆ ਨਾ ਜਿਹੜਾ ਅਸੀਂ ਜਦੋਂ ਫਾਰਮ ਭਰਦੇ ਹਾਂ ਹੁਣ ਜਿਹੜੇ ਪੜ੍ਹੇ ਲਿਖੇ ਹੈਗੇ ਆ ਲੋਕ ਖਾਸ ਕਰਕੇ ਇੰਗਲਿਸ਼ ਪੜ੍ਹੇ ਹੋਏ ਨੇ ਜਾਂ ਮੰਨ ਲਓ ਉਹਨਾਂ ਨੂੰ ਇੰਗਲਿਸ਼ ਥੋੜ੍ਹੀ ਮੋਟੀ ਆਉਂਦੀ ਆ ਉਹ ਬੜਾ ਸੌਖਾ ਜਿਹਾ ਹੀ ਹੁੰਦਾ ਫਾਰਮ ਕੋਈ ਐਡਾ ਵੱਡਾ ਗੱਲ ਨਹੀਂ ਅਤੇ ਉਹਨੂੰ ਤੁਸੀਂ ਆਪ ਭਰ ਸਕਦੇ ਹੋ। ਜੇਕਰ ਤੁਸੀਂ ਨਹੀਂ ਪੜ੍ਹੇ ਲਿਖੇ ਤਾਂ ਕੋਈ ਇੱਦਾਂ ਦੀ ਗੱਲ ਨਹੀਂ ਫਿਰ ਵੀ ਫਿਕਰ ਕਰਨ ਦੀ ਤੁਸੀਂ ਕਿਸੇ ਵੀ ਆਪਣੇ ਸਾਥੀ ਨਾਲ ਜਿਹੜਾ ਵੀ ਤੁਹਾਡੇ ਨਾਲ ਟਰੈਵਲ ਕਰ ਰਿਹਾ ਸੀਟ 'ਤੇ ਪੜ੍ਹਿਆ ਲਿਖਿਆ ਹੈ ਅਤੇ ਉਹਦੇ ਨਾਲ ਤੁਸੀਂ ਉਹ ਚੀਜ਼ ਕਹੋ ਵੀ ਭਾਈ ਮੇਰਾ ਆਹ ਫਾਰਮ ਭਰ ਦਿਓ ਉਸ ਫਾਰਮ ਦੇ ਵਿੱਚ ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ ਖਾਸ ਧਿਆਨ ਰੱਖਣ ਯੋਗ ਗੱਲ ਅਤੇ ਉਹਦੇ ਵਿੱਚੋਂ ਕੋਈ ਵੀ ਚੀਜ਼ ਤੁਸੀਂ ਛਪਾਉਣੀ ਨਹੀਂ। ਠੀਕ ਹੈ ਜੀ। ਜਿਹੜੀ ਵੀ ਚੀਜ਼ ਚਾਹੇ ਤੁਹਾਡੇ ਲਗੇਜ ਦੇ ਵਿੱਚ ਆ ਚਾਹੇ ਤੁਹਾਡੇ ਬੈਗ ਦੇ ਵਿੱਚ ਆ ਚਾਹੇ ਉਹ ਦਵਾਈਆਂ ਵਗੈਰਾ ਨੇ ਉਹ ਤੁਸੀਂ ਬਿਲਕੁਲ ਕਲੀਅਰ ਕਰਨੀਆਂ ਨੇ ਵੀ ਹਾਂ ਸਾਡੇ ਬੈਗ ਦੇ ਵਿੱਚ ਟਿਕ ਲਾਉਣਾ ਉਹਦੇ ਟਿਕ ਲਾਉਣਾ ਚਾਹੇ ਕੋਈ ਫੂਡ ਆ ਤੁਹਾਡੇ ਕੋਲ ਹਾਂ ਇਹ ਸਮਾਨ। ਦੂਜਾ ਦਵਾਈਆਂ ਬਾਰੇ ਮੇਰੇ ਮਨ ਦੇ ਵਿੱਚ ਬੜਾ ਇੱਕ ਇਹ ਸੀਗਾ ਵੀ ਪਤਾ ਨਹੀਂ ਲਿਜਾਣ ਦਿੰਦੇ ਆ ਜਾਂ ਨਹੀਂ ਲਿਜਾਣ ਦਿੰਦੇ ਕਈ ਕਹਿੰਦੇ ਜੀ ਉਹ ਤਾਂ ਬਾਹਰ ਕੱਢ ਕੇ ਸੁੱਟ ਦਿੰਦੇ ਆ ਪਰ ਇੱਦਾਂ ਦੀ ਕੋਈ ਗੱਲ ਨਹੀਂ ਜਦੋਂ ਤੁਸੀਂ ਇੰਡੀਆ ਤੋਂ ਚੱਲੋ ਜਿਹੜੀ ਵੀ ਤੁਸੀਂ ਕੋਈ ਦਵਾਈ ਰੈਗੂਲਰ ਲੈ ਰਹੇ ਹੋ ਕਈ ਪੇਸ਼ੈਂਟ ਨੇ ਕੋਈ ਹਾਰਟ ਦਾ ਪੇਸ਼ੈਂਟ ਆ ਕੋਈ ਹੋਰ ਕਿਸੇ ਬਿਮਾਰੀ ਨਾਲ ਤਾਂ ਆਪਣੇ ਡਾਕਟਰ ਤੋਂ ਉਹਦੀ ਪ੍ਰੈਸਕ੍ਰਿਪਸ਼ਨ ਜ਼ਰੂਰ ਲਿਖਾ ਕੇ ਲਿਆਓ ਸਲਿੱਪ ਲੈ ਕੇ ਆਓ ਨਾਲ ਉਹ ਲੈ ਕੇ ਆਓ ਅਤੇ ਦੂਜੇ ਜਿਹੜੀ ਦਵਾਈਆਂ ਤੁਸੀਂ ਪਰਚੇਜ ਕਰੋਗੇ ਉਹਨਾਂ ਦਾ ਬਿੱਲ ਜ਼ਰੂਰ ਲੈ ਕੇ ਆਓ। ਇਹ ਦੋ ਚੀਜ਼ਾਂ ਅਗਰ ਤੁਹਾਡੇ ਕੋਲ ਨੇ ਉਹ ਜਿਹੜੀਆਂ ਦਵਾਈਆਂ ਨੇ ਤੁਹਾਡੀਆਂ ਉਹ ਕੋਈ ਖਤਰਨਾਕ ਨਹੀਂ ਹੈਗੀਆਂ ਕਹਿਣ ਤੋਂ ਭਾਵ ਵੀ ਉਹਨਾਂ ਦੇ ਵਿੱਚ ਕੋਈ ਨਸ਼ਾ ਵਗੈਰਾ ਨਹੀਂ ਅਤੇ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਜਦੋਂ ਅਸੀਂ ਕਿਸੇ ਵੀ ਲਾਸਟ ਡੈਸਟੀਨੇਸ਼ਨ ਤੇ ਉਤਰਦੇ ਹਾਂ ਉੱਥੋਂ ਸਭ ਤੋਂ ਪਹਿਲਾਂ ਆ ਕੇ ਸਾਡੀ ਇਮੀਗ੍ਰੇਸ਼ਨ ਹੁੰਦੀ ਆ ਸਾਡੇ ਪਾਸਪੋਰਟ ਵਗੈਰਾ ਦੇਖਦੇ ਨੇ ਫਿਰ ਤੁਹਾਨੂੰ ਐਂਟਰੀ ਦਿੰਦੇ ਆ ਹਾਂ ਟਿਕਟ ਵਗੈਰਾ ਦੇਖਦੇ ਨੇ ਜੋ ਵੀ ਰਸਤੇ ਹੈਗਾ ਉਹ ਦੇਖਣ ਤੋਂ ਬਾਅਦ ਫਿਰ ਜਦੋਂ ਤੁਹਾਡਾ ਸਮਾਨ ਆ ਜਿਹੜਾ ਉਹ ਚੈੱਕ ਹੋਣਾ ਉਹ ਉਹਨਾਂ ਤੇ ਡਿਪੈਂਡ ਕਰਦਾ ਉੱਥੇ ਦੇ ਸਟਾਫ ਤੇ ਕਈ ਵਾਰ ਹੋ ਸਕਦਾ ਉਹ ਜਿੱਦਾਂ ਮੈਨੂੰ ਪਤਾ ਲੱਗਿਆ ਮੇਰੀ ਮਿਸਿਸ ਪਹਿਲਾਂ ਵੀ ਇੱਕ ਚੱਕਰ ਲਾ ਚੁੱਕੇ ਨੇ ਉਹ ਨਿਊਜ਼ੀਲੈਂਡ ਦਾ ਕਿ ਉਹਨਾਂ ਨੇ ਜਿਹੜਾ ਲਾਸਟ ਡੈਸਟੀਨੇਸ਼ਨ ਹੈਗਾ ਤੁਹਾਡਾ ਉੱਥੇ ਉਹ ਸਮਾਨ ਖੋਲ ਕੇ ਦੇਖਦੇ ਨੇ ਪਰ ਇਸ ਵਾਰੀ ਸਾਡੇ ਨਾਲ ਇਦਾਂ ਦਾ ਕੁਛ ਨਹੀਂ ਹੋਇਆ। ਕਈ ਵਾਰ ਜਿਵੇਂ ਉਹੀ ਤੁਹਾਡੇ ਫਾਰਮ ਤੇ ਹੀ ਡਿਪੈਂਡ ਕਰਦਾ ਫਾਰਮ ਤੇ ਜੇ ਤੁਸੀਂ ਫਾਰਮ ਦੇ ਵਿੱਚ ਸਾਰੀਆਂ ਚੀਜ਼ਾਂ ਲਿਖੀਆਂ ਨੇ ਜੇ ਤੁਸੀਂ ਫਰੈਸ਼ ਫੂਡ ਨਹੀਂ ਆਉਣ ਦਿੰਦੇ ਮੋਸਟਲੀ ਜੇ ਤੁਸੀਂ ਉਹ ਟਿਕ ਕਰਤਾ ਭੁਲੇਖੇ ਨਾਲ ਫਿਰ ਉਹ ਲਾਈਨ ਚੱਡ ਚ ਲਾ ਲੈਂਦੇ ਨੇ ਤੁਹਾਨੂੰ ਜਾਂ ਫਿਰ ਕਈ ਵਾਰ ਜਿਵੇਂ ਪੇਰੈਂਟਸ ਨੂੰ ਦੱਸਣਾ ਨਹੀਂ ਆਉਂਦਾ ਹੁੰਦਾ ਹਨਾ ਵੀ ਕੀ ਫੂਡ ਆ ਉਹ ਫਿਰ ਤਾਂ ਵੀ ਚੈੱਕ ਕਰਨਾ ਚਾਹੁੰਦੇ ਨੇ। ਬਾਕੀ ਇਹ ਚੀਜ਼ ਜ਼ਰੂਰ ਆ ਵੀ ਕਈ ਜਿੱਦਾਂ ਕਹਿ ਦਿੰਦੇ ਨਾ ਵੀ ਉਹ ਜੀ ਪੰਜੀਰੀ ਨਹੀਂ ਲਿਜਾਣ ਦਿੰਦੇ ਜੀ ਉਹ ਖੋਆ ਨਹੀਂ ਲਿਜਾਂਦੇ ਇੱਦਾਂ ਦੀ ਕੋਈ ਗੱਲ ਨਹੀਂ ਲਿਜਾਣ ਦਿੰਦੇ ਨੇ ਲੇਕਿਨ ਜੇ ਪੰਜੀਰੀ ਵੀ ਸਪੋਜ਼ ਕਰ ਲਓ ਹੈਗੀ ਆਪਣੇ ਕੋਲ ਸਿਰਫ ਸਾਨੂੰ ਥੋੜ੍ਹਾ ਮੋਟਾ ਉਹਨਾਂ ਨੂੰ ਸਮਝਾਉਣ ਦੀ ਲੋੜ ਆ ਵੀ ਇਹਦੇ ਵਿੱਚ ਕੋਈ ਇੱਦਾਂ ਦੀ ਗੱਲ ਨਹੀਂ ਜੀ ਸਿਰਫ ਆਟਾ ਇਹਦੇ ਵਿੱਚ ਦੁੱਧ ਆ ਜਾਂ ਘੀ ਆ ਇਹਨਾਂ ਚੀਜ਼ਾਂ ਤੋਂ ਇਹ ਬਣੀ ਆ ਇਹ ਸਿਰਫ ਸਾਡੇ ਸਵੀਟਸ ਕਹਿ ਲਓ ਫਿਰ ਕੋਈ ਪ੍ਰੋਬਲਮ ਨਹੀਂ ਤੁਸੀਂ ਬੜੇ ਆਰਾਮ ਨਾਲ ਉਹਨੂੰ ਲਿਜਾ ਸਕਦੇ ਹੋ ਤੇ ਕੋਈ ਇੱਦਾਂ ਦੀ ਤੁਹਾਨੂੰ ਕੋਈ ਇਸ਼ੂ ਨਹੀਂ ਹੈ। ਪਰ ਤੁਸੀਂ ਜੇ ਫਰੈਸ਼ ਕੋਈ ਫੂਡ ਆ ਉਹ ਨਹੀਂ ਲਿਆ ਸਕਦੇ ਜਿਵੇਂ ਹੁਣ ਆਹ ਗੱਲ ਵੀ ਅੰਕਲ ਉਹਨਾਂ ਨੇ ਵਧੀਆ ਕਲੀਅਰ ਕੀਤੀ ਆ ਜਿਵੇਂ ਮੋਸਟਲੀ ਆਪਣੇ ਇੰਡੀਅਨ ਲੈ ਕੇ ਆਉਂਦੇ ਆ ਮਠਿਆਈਆਂ ਖੋਆ ਤਾਂ ਆਮ ਗੱਲ ਆ ਹਨਾ ਪੰਜੀਰੀ ਦੀ ਤੁਸੀਂ ਇਹ ਲਿਆ ਸਕਦੇ ਹੋ ਪਰ ਏਅਰਪੋਰਟ ਤੇ ਐਂ ਹੁੰਦਾ ਵੀ ਤੁਹਾਨੂੰ ਉਹ ਚੀਜ਼ ਨਾ ਕਲੀਅਰ ਕਰਨੀ ਪੈਂਦੀ ਆ ਤੇ ਕਈ ਵਾਰ ਪੇਰੈਂਟਸ ਹੁੰਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਹਨਾ ਤੇ ਫਿਰ ਉਹ ਤਾਂ ਚੈੱਕ ਕਰ ਲੈਂਦੇ ਨੇ ਜੇ ਤੁਸੀਂ ਮੰਨ ਲਓ ਕਹੀ ਦਿੱਤਾ ਉਹਨਾਂ ਨੂੰ ਫਿਰ ਕੋਈ ਚੱਕਰ ਨਹੀਂ ਫਿਰ ਉਹਨਾਂ ਨੇ ਤੁਹਾਨੂੰ ਜਾਣ ਦੇ ਦੇਣਾ। ਬਿਲਕੁਲ ਬਹੁਤ ਵਧੀਆ ਗੱਲਾਂ ਸੀਗੀਆਂ ਅੰਕਲ ਹੋਰਾਂ ਦੀਆਂ ਮੈਂ ਤਾਂ ਹੀ ਇਹ ਵੀਡੀਓ ਬਣਾਈ ਸੀਗੀ ਕਿ ਵੀ ਇਹਨਾਂ ਦਾ ਜਿਹੜਾ ਐਕਸਪੀਰੀਅੰਸ ਇਹਨਾਂ ਨੇ ਸਾਂਝਾ ਕੀਤਾ ਹੋਪ ਤੁਸੀਂ ਸਾਰੇ ਜਣਿਆਂ ਨੂੰ ਪਸੰਦ ਆਊਗਾ ਇਹ ਅਤੇ ਬਾਕੀ ਜਿਹੜੇ ਨੋਰਮਲ ਸਵਾਲ ਸੀਗੇ ਆਪਾਂ ਉਹ ਅੰਕਲ ਜੀ ਨੇ ਬੜੇ ਸੁਖਾਲੇ ਤਰੀਕੇ ਨਾਲ ਦੱਸਿਆ ਕਿ ਜੇ ਕਿਸੇ ਦੇ ਵੀ ਪੇਰੈਂਟਸ ਆਉਂਦੇ ਆ ਤਾਂ ਈਜ਼ੀਲੀ ਤੁਸੀਂ ਆ ਸਕਦੇ ਹੋ ਕੋਈ ਮਨ ਦੇ ਵਿੱਚ ਕੋਈ ਜ਼ਿਆਦਾ ਘਬਰਾਹਟ ਨਾ ਉਹ ਕਰੋ
ਕਿਤੇ ਵੀ ਤੁਹਾਨੂੰ ਹੈਲਪ ਦੀ ਲੋੜ ਆ, ਜਿੱਥੇ ਵੀ ਤੁਹਾਨੂੰ ਕੋਈ ਪੰਜਾਬੀ ਲੱਗਦਾ ਉੱਥੇ ਜਾ ਕੇ ਉੱਥੋਂ ਹੈਲਪ ਮੰਗੋ। ਜਿਵੇਂ ਝਿਜਕੋ ਜੇ ਨਾ, ਕਈ ਵਾਰ ਨਾ ਆਪਾਂ ਫੀਲ ਜਿਹਾ ਕਰ ਲੈਂਦੇ ਹਾਂ ਵੀ ਪਤਾ ਨਹੀਂ ਮੈਨੂੰ ਕੋਈ ਕੀ ਕਹੂਗਾ, ਵੇਖਣੀ ਅਨਪੜ੍ਹ ਆਏ ਆ। ਜਾਓ ਹੈਲਪ ਮੰਗੋ, ਮਦਦ ਇੱਥੇ ਹਰੇਕ, ਈਵਨ ਗੋਰੇ ਲੋਕ ਵੀ ਮਦਦ ਕਰਦੇ ਨੇ, ਪੂਰੀ ਹੈਲਪ ਇੱਕ ਦੂਜੇ ਦੀ ਮਦਦ ਕਰਕੇ ਲੋਕ ਬੜੇ ਖੁਸ਼ ਹੁੰਦੇ ਖੁਸ਼ ਹੁੰਦੇ ਨੇ। ਹਾਂ ਬਿਲਕੁਲ ਸਰ, ਸਾਨੂੰ ਕੋਈ ਜਕਣਾ ਨਹੀਂ ਚਾਹੀਦਾ ਇਸ ਚੀਜ਼। ਹਾਂਜੀ, ਕੋਈ ਹੋਰ ਐਕਸਪੀਰੀਅੰਸ ਜਿਹੜੀ ਗੱਲ ਕੋਈ ਤੁਹਾਨੂੰ ਲੱਗਦਾ ਵਿੱਚ ਰਹਿ ਗਈ ਹੋਵੇ? ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ, ਖਾਸ ਕਰਕੇ ਜਿਹੜੇ ਪੇਰੈਂਟਸ ਇਹਨਾਂ ਮੁਲਕਾਂ ਦੇ ਵਿੱਚ ਆ ਰਹੇ ਨੇ ਔਰ ਉਹ ਸੀਨੀਅਰ ਸਿਟੀਜ਼ਨ ਨੇ, ਕੋਈ 60 ਸਾਲ ਤੋਂ ਉੱਤੇ ਨੇ, ਕੋਈ 65 ਸਾਲ ਆ, 70 ਸਾਲ ਆ, ਮੈਂ ਮੇਰੀ ਜਿਹੜੀ ਆਪਣੀ ਸੋਚ ਆ ਪਰਸਨਲ, ਹੋ ਸਕਦਾ ਬਾਕੀਆਂ ਨੂੰ ਪਸੰਦ ਆਵੇ ਜਾਂ ਨਾ ਆਵੇ, ਕਿਉਂਕਿ ਮੈਂ ਸੋਚਦਾ ਵੀ 60 ਸਾਲ ਦੀ ਉਮਰ ਤੱਕ ਅਸੀਂ ਬਹੁਤ ਕੰਮ ਕੀਤਾ। ਹਾਂਜੀ, ਅਸੀਂ ਆਪਣਾ ਹਾਰਡ ਵਰਕ ਕਰਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ, ਅਸਟੈਬਲਿਸ਼ ਕੀਤਾ, ਤਾਂ ਉਹ ਪੇਰੈਂਟਸ ਨੂੰ ਮੈਂ ਇੱਕ ਚੀਜ਼ ਦੀ ਜ਼ਰੂਰ ਰਿਕੁਐਸਟ ਕਰੂੰਗਾ ਕਿ ਉਹ ਇੱਥੇ ਆ ਕੇ ਕੰਮ ਕਰਨ ਬਾਰੇ ਨਾ ਸੋਚਣ, ਤੁਸੀਂ ਛੁੱਟੀਆਂ ਮੰਨਣ ਆਓ, ਤੁਸੀਂ ਜਿਹੜੇ ਵੀ ਕੰਟਰੀ 'ਚ ਜਾਂਦੇ ਹੋ ਉਸ ਕੰਟਰੀ ਦਾ ਕਲਚਰ, ਉੱਥੇ ਦੇ ਜਿਹੜੇ ਚੰਗੇ ਰੂਲ ਨੇ, ਉੱਥੋਂ ਦਾ ਜਿਹੜਾ ਸਿਸਟਮ ਆ, ਤੁਸੀਂ ਉਹਨੂੰ ਜਾਣਨ ਬਾਰੇ ਆਓ, ਨਾ ਕਿ ਇਸ ਚੀਜ਼ ਬਾਰੇ ਆਓ ਵੀ ਜੇ ਮੈਂ ਗਿਆ ਯਾਰ ਉੱਥੇ ਮੈਂ ਟਿਕਟ ਦਾ ਖਰਚਾ ਕੱਢ ਲੂ, ਮੈਂ ਇਹ ਕੱਢ ਲੂ, ਮੈਂ ਇਹ ਚੀਜ਼ਾਂ ਨੂੰ ਨਹੀਂ ਪਸੰਦ ਕਰਦਾ। ਕੈਨੇਡਾ ਇੱਥੇ ਤਾਂ ਚਲੋ ਸਾਡੇ ਕੰਮ ਬਹੁਤ ਘੱਟ ਹੁੰਦਾ, ਹੁੰਦਾ ਹੀ ਨਹੀਂ ਤਕਰੀਬਨ, ਨਾ ਮਾਤਰੀ ਆ, ਪਰ ਕੈਨੇਡਾ ਕਣੀ ਤਾਂ ਸਾਰੇ ਜਿਵੇਂ ਕਹਿੰਦੇ ਚੱਕ ਲਾਉਣੀ ਜਾਂਦੇ ਆ, ਉੱਥੇ ਸਾਰੇ ਤਕਰੀਬਨ ਕੰਮ ਕਰਦੇ, ਪਰ ਸਾਰੇ ਨਹੀਂ ਆਪਾਂ ਕਹਿ ਸਕਦੇ, ਕੁਛ ਕੁ ਲੋਕ ਉੱਦਾਂ ਘੁੰਮਣ ਫਿਰਨ ਵੀ ਜਾਂਦੇ ਆ। ਪਰ ਅੰਕਲ ਜੀ ਹੋਰਾਂ ਦੀ ਇਹ ਗੱਲ ਬਹੁਤ ਵਧੀਆ ਲੱਗੀ ਕਿ ਤੁਸੀਂ ਜਿਵੇਂ ਮਹੀਨਾ ਦੋ ਮਹੀਨਿਆਂ ਲਈ ਜਾਂਦੇ ਹੋ ਤਾਂ ਉਹ ਚੀਜ਼ਾਂ ਉੱਥੇ ਵਧੀਆ ਸਿੱਖ ਕੇ ਆਓ, ਕਿਹੜੀਆਂ ਜੇ ਹੁਣ ਚੀਜ਼ਾਂ ਤੁਹਾਨੂੰ ਵਧੀਆ ਲੱਗਦੀਆਂ ਨੇ, ਕਿਵੇਂ ਦੇ ਲੋਕ ਨੇ, ਸਾਫ਼ ਸਫਾਈ ਆ ਸਾਰਾ, ਹੈ ਨਾ, ਇਹ ਚੀਜ਼ਾਂ ਸਿੱਖ ਕੇ ਜਾਓ ਆਪਣੀ ਕੰਟਰੀ ਨੂੰ। ਟਰੈਵਲ ਦੇ ਰਿਲੇਟਡ ਸੀਗੀਆਂ ਇਹ ਜਿਹੜੀ ਆਪਾਂ ਰਿਕਾਰਡ ਕੀਤੀ ਆ ਇਹ ਵੀਡੀਓ, ਟਰੈਵਲ ਦੇ ਰਿਲੇਟਡ ਸੀਗੀ ਕਿ ਇੰਡੀਆ ਤੋਂ ਜਦੋਂ ਆਪਾਂ ਕਿਸੇ ਵੀ ਕੰਟਰੀ ਜਾਂਦੇ ਹਾਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਜਾਂ ਕਿਵੇਂ ਕਿਹੜਾ ਪ੍ਰੋਸੈਸ ਕਰਨਾ, ਉਹ ਸਾਰਾ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਲਿਆ। ਹੋਪ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਣਾ, ਸਾਰੇ ਜਣੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਇਹ ਚੀਜ਼ ਬਾਰੇ ਪਤਾ ਲੱਗ ਜਾਏ, ਕਿਉਂਕਿ ਸਿੰਪਲ ਪੰਜਾਬੀ ਦੇ ਵਿੱਚ ਅਸੀਂ ਇਹ ਸਿੱਧੀ ਪੱਧਰੀ ਗੱਲਬਾਤ ਕੀਤੀ ਤਾਂ ਕਿ ਸਾਰਿਆਂ ਨੂੰ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ ਇੰਨੀ ਵਧੀਆ ਜਾਣਕਾਰੀ ਦੇਣ ਦੇ ਲਈ, ਕਿਉਂਕਿ ਜਦੋਂ ਕਿਸੇ ਨੇ ਵੀ ਆਉਣਾ ਹੁੰਦਾ ਨਾ ਪਹਿਲੀ ਵਾਰ, ਉਹਦੇ ਬਹੁਤ ਸਵਾਲ ਹੁੰਦੇ ਨੇ ਮਨ ਦੇ ਵਿੱਚ ਨਾ ਬੰਦੇ ਦੇ ਵੀ ਪਤਾ ਨਹੀਂ ਕਿਵੇਂ ਦਾ ਹੋਊਗਾ, ਕਿਉਂਕਿ ਜਹਾਜ਼ 'ਚ ਪਹਿਲੀ ਵਾਰ ਬੈਠਣਾ ਕਿਸੇ ਬੰਦੇ ਨੇ, ਕਿਵੇਂ ਦਾ। ਧੰਨਵਾਦ ਜੀ ਤੁਹਾਡਾ, ਬਹੁਤ ਧੰਨਵਾਦ।